ਕਿਸਾਨ ਭਰਾਵੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਅੱਜ ਆਪਾਂ ਗੱਲ ਕਰਦੇ ਹਾਂਗੇ ਕਿ ਬਹੁਤ ਲੋਕਾਂ ਦੇ ਸਵਾਲ ਆਉਂਦੇ ਆ ਕਿ ਆਪਾਂ ਸਪਰੇ ਕਰਨੀ ਆ ਅਤੇ ਸਪਰੇ ਦੇ ਵਿੱਚ ਕਿਹੜੀਆਂ ਕਿਹੜੀਆਂ ਦਵਾਈਆਂ ਮਿਕਸ ਕਰਦੇ ਹਾਂ, ਜਾਂ ਕੁਝ ਲੋਕ ਸੋਸ਼ਲ ਮੀਡੀਆ ਦੁਆਰਾ ਇਹ ਇਨਫੋਰਮੇਸ਼ਨ ਇਹ ਚੀਜ਼ਾਂ ਦੇਖਦੇ ਹੈਗੇ ਕਿ ਕਿਸੇ ਵੀ ਸਪਰੇ ਦੇ ਵਿੱਚ ਵੀ ਦੋ ਤੋਂ ਵੱਧ ਦਵਾਈਆਂ ਮਿਕਸ ਨਾ ਕਰੋ, ਅਤੇ ਲੋਕ ਕਨਫਿਊਜ਼ ਹੋ ਜਾਂਦੇ ਆ। ਕਨਫਿਊਜ਼ ਦਾ ਮਤਲਬ ਇੱਦਾਂ, ਮੈਨੂੰ ਇੱਕ ਕਾਲ ਆਈ, ਉਹ ਕਹਿੰਦੇ ਵੀ ਅਸੀਂ ਵੀ ਤੇਲੇ ਦੀ ਅਤੇ ਫੰਗੀ ਸਾਈਡ 'ਤੇ ਆਪਾਂ ਸੁੰਡੀ ਤੋਂ ਜਾਂ ਟਿੱਡੇ ਤੋਂ ਕੋਈ ਵੀ ਇਨਸੈਕਟੀਸਾਈਡ ਜਿਹੜਾ ਵਰਤ ਰਹੇ ਹਾਂ, ਕੀ ਆਪਾਂ ਇਕੱਠੇ ਨਹੀਂ ਕਰ ਸਕਦੇ ਜੇ ਆਪਾਂ ਉਹਨਾਂ ਨੇ ਦੇਖਿਆ ਹੋਣਾ ਕਿਤੇ ਵੀ ਦੋ ਜਾਂ ਇਸ ਤੋਂ ਵੱਧ ਸਪਰੇਹਾਂ ਨਾਲ ਮਿਕਸ ਕਰੋ। ਤਾਂ ਕਿਸਾਨ ਭਰਾਵੋ, ਇਹ ਇੱਥੇ ਗੱਲ ਇੱਦਾਂ ਸੀਗਾ, ਉਸ ਜੋ ਵੀ ਤੁਸੀਂ ਚੀਜ਼ ਜਿੱਥੋਂ ਵੀ ਇਹ ਦੇਖਿਆ ਜਾਂ ਕੁਛ ਵੀ ਕੀਤਾ ਕਿ ਦੋ ਤੋਂ ਵੱਧ ਸਾਲਟ ਨਾ ਐਡ ਕਰੋ, ਉਹਨਾਂ ਦੇ ਕਹਿਣ ਦਾ ਮਤਲਬ ਜ਼ਿਆਦਾਤਰ ਇਹ ਹੋ ਸਕਦਾ ਵੀ ਕਿਸੇ ਵੀ ਇੱਕ ਚੀਜ਼ ਦੇ ਦੋ ਤੋਂ ਜ਼ਿਆਦਾ ਸਾਲਟ ਐਡ ਨਾ ਕਰੋ, ਜਿਹਦੇ ਨਾਲ ਕਿ ਉਹਦੀ ਕੰਸਨਟ੍ਰੇਸ਼ਨ ਜ਼ਿਆਦਾ ਵੱਧ ਜਾਂਦੀ ਆ ਅਤੇ ਪੱਤੇ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੋ ਜਾਂਦਾ। ਜਿੱਦਾਂ ਕਈ ਲੋਕ ਕੀ ਕਰਦੇ ਆ, ਸੁੰਡੀ ਤੋਂ ਦੋ ਤੋਂ ਤਿੰਨ ਤਿੰਨ ਸਾਲਟ ਇਹ ਮਿਕਸ ਕਰ ਲੈਂਦੇ ਆ, ਜਾਂ ਫੰਗੀ ਸਾਈਡ ਆ ਜਿਹੜੇ ਦੋ ਤਿੰਨ ਸਾਲਟ ਮਿਕਸ ਕਰਕੇ ਫਿਰ ਕਰਦੇ ਆ, ਉਹਦੇ ਨਾਲ ਕਹਿੰਦੇ ਆ ਵੀ, ਜਾਂ ਤੇਲੇ ਦੇ ਦੋ ਦੋ ਤਿੰਨ ਤਿੰਨ ਸਾਲਟ ਮਿਕਸ ਕਰ ਲੈਂਦੇ ਆ, ਉੱਥੇ ਕਈ ਵਾਰ ਆਪਾਂ ਨੂੰ ਖਤਰਾ ਹੋ ਜਾਂਦਾ ਵੀ ਕੋਈ ਨਾ ਕੋਈ ਦਵਾਈ ਕਿਸੇ ਨਾਲ ਅਟੈਚਮੈਂਟ ਨਹੀਂ ਹੁੰਦੀ, ਕੈਮੀਕਲ ਕੰਪੋਜੀਸ਼ਨ ਡਿਫਰੈਂਟ ਹੁੰਦੀ ਆ ਹਰ ਇੱਕ ਕੈਮੀਕਲ ਦੀ, ਅਤੇ ਉੱਥੇ ਆਪਾਂ ਨੂੰ ਉਹ ਚੀਜ਼ ਦੇ ਵਿੱਚ ਕਈ ਵਾਰ ਨੁਕਸਾਨ ਭੁਗਤਣਾ ਪੈ ਜਾਂਦਾ, ਉੱਪਰਲੇ ਪੱਤੇ ਪੀਲੇ ਹੋ ਜਾਂਦੇ ਆ ਕਈ ਵਾਰ, ਹੈ ਨਾ, ਆਪਣਾ ਕੀ ਕਹਿੰਦਾ, ਖੁਸ਼ਕ ਹੋ ਜਾਂਦੇ ਆ ਪੱਤੇ। ਤਾਂ ਇੱਦਾਂ ਦਾ ਕਦੇ ਵੀ ਨਹੀਂ ਹੁੰਦਾ। ਆਪਾਂ ਇਹ ਤਿੰਨੇ, ਫੰਗੀ ਸਾਈਡ, ਇਨਸੈਕਟੀਸਾਈਡ ਆਪਣਾ ਸੁੰਡੀ ਤੋਂ, ਅਤੇ ਤੇਲੇ ਵਾਲਾ ਜਿਹੜਾ ਸਾਲਟ ਆ, ਇਹ ਤਿੰਨੇ ਸਪਰੇਹਾਂ ਮਿਕਸ ਕਰਕੇ ਨਾਲ ਕੋਈ ਸਟਿੱਕਰ ਪਾ ਕੇ ਆਪਾਂ ਜ਼ਰੂਰ ਸਪਰੇ ਕਰ ਸਕਦੇ ਹਾਂ, ਇਹਨਾਂ ਦਾ ਕੋਈ ਨੁਕਸਾਨ ਨਹੀਂ ਆ। ਲਿਮਿਟਡ ਜਿਹੜੀ ਮਾਤਰਾ ਆ, ਜਿਹੜੀ ਉਹਦੀ ਰਿਕਮੈਂਡੇਸ਼ਨ ਆ, ਉਹਦੇ ਤੋਂ ਜ਼ਿਆਦਾ, ਨਾ ਜ਼ਿਆਦਾ ਘੱਟ ਅਤੇ ਨਾ ਜ਼ਿਆਦਾ ਵੱਧ ਵਰਤੋ। ਕਈ ਲੋਕ ਕੀ ਕਰਦੇ ਨੇ ਕਿ ਉਹੀ ਦਵਾਈ ਕੋਈ 150 ਲੀਟਰ ਪਾਣੀ ਦੇ ਵਿੱਚ ਵੀ ਉਨੀ ਕੈਮੀਕਲ ਯੂਜ਼ ਕਰ ਰਿਹਾ, ਅਤੇ ਉਸੇ ਨੂੰ ਕੋਈ 80 ਲੀਟਰ ਪਾਣੀ ਦੇ ਵਿੱਚ ਵੀ ਨਿਬੇੜ ਰਿਹਾ। ਤਾਂ ਇੱਥੇ ਵੀ ਕੀ ਆ, ਜਿਹੜੀ ਉਹ ਰਿਕਮੈਂਡਡ ਡੋਜ ਆਪਾਂ 80 ਲੀਟਰ ਪਾਣੀ ਦੇ ਵਿੱਚ ਪਾ ਰਹੇ ਹਾਂ, ਉੱਥੇ ਵੀ ਕਈ ਵਾਰ ਉਹ ਪੱਤਿਆਂ ਦੇ ਥੋੜ੍ਹੇ ਮੋਟੇ ਧੱਬੇ ਦਾ ਕੁਛ ਇੱਦਾਂ ਦਾ ਅਸਰ ਦਿਖ ਜਾ ਸਕਦਾ ਉਹਦਾ, ਪਰ ਕੋਈ ਜ਼ਿਆਦਾ ਨਹੀਂ ਕਰਦੇ। ਪਰ ਇਹਦੇ ਵਿੱਚ ਇਹ ਕੁਛ ਵੀ ਨਹੀਂ ਹੈਗਾ ਵੀ ਆਪਾਂ ਇਹ ਤਿੰਨੇ ਇਕੱਠੀਆਂ ਨਹੀਂ ਕਰ ਸਕਦੇ। ਹਾਂ, ਕੁਝ ਲੋਕਾਂ ਦੇ ਇਹ ਵੀ ਉਹ ਆ ਰਹੇ ਨੇ, ਜਿੱਦਾਂ ਕਿ ਤੇਲੇ ਦਾ ਅਟੈਕ ਆ ਚੁੱਕਿਆ, ਜਾਂ ਹੁਣ ਸੁੰਡੀ ਦਾ ਉਹ ਬਹੁਤ ਘੱਟ ਆ ਆਪਣੇ, ਮੀਂਹ ਕਰਕੇ ਪੱਤਾ ਸਾਫ਼ ਹੋ ਜਾਂਦਾ, ਅਤੇ ਇਹ ਜਿਹੜਾ ਸੁੰਡੀ ਦਾ ਜਾਂ ਗੋਭ ਸੁੱਕ ਦਾ ਹੈ ਬਹੁਤ ਘੱਟ, ਅਤੇ ਇਹਨਾਂ ਦਾ ਘੱਟ ਜਾਂਦਾ ਆ। ਅਤੇ ਇਹਦੇ ਵਿੱਚ ਕਈ ਵਾਰ ਲੋਕ ਕੀ ਕਰਦੇ ਆ ਕਿ ਸਸਤੇ ਇਨਸੈਕਟੀ ਪੈਸਟੀਸਾਈਡ ਆਪਾਂ ਪਾ ਲਈਏ ਇਹਦੇ 'ਚ, ਜਿਵੇਂ ਆਪਾਂ ਜਿਹੜੇ ਸਿੰਥੈਟਿਕ ਪੈਰਥਰਾਇਡ ਸਪਰੇਹਾਂ ਹੁੰਦੀਆਂ ਨੇ ਵੀ ਇਹ ਪਾ ਲਈਏ, ਮੋਨੋਸਿਲ ਪਾ ਲਈਏ, ਆਪਣਾ ਬਾਈਫੈਂਥਰੀਨ ਪਾ ਲਈਏ, ਡੈਲਟਾ ਮੈਥਰੀਨ ਪਾ ਲਈਏ, ਲੈਮਡਾ ਸਾਈਕਲੋਥਰੀਨ ਪਾ ਲਈਏ, ਉਹਦੇ ਨਾਲ ਕਲੋਰੋਸਾਈਪਰ ਹੋ ਗਈ, ਪਰਫੀਨੋਸਾਈਪਰ ਹੋ ਗਈ, ਇਹ ਸਾਰੇ ਕੀ ਨੇ, ਇਹ ਸਾਰੇ ਹੈਗੇ ਹੈਗੇ। ਇਹਨਾਂ ਦੀ ਲੋੜ ਕਦੋਂ ਹੁੰਦੀ ਆ, ਇਹਨਾਂ ਦੀ ਲੋੜ ਹੁੰਦੀ ਆ ਜਦੋਂ ਕਈ ਵਾਰ ਕੀ ਆ, ਜ਼ਮੀਨ ਦੇ ਵਿੱਚ ਫਸਲ ਦੇ ਵਿੱਚ ਬਹੁਤ ਹੀ ਜ਼ਿਆਦਾ ਅਟੈਕ ਵੱਜੇ, ਅਤੇ ਆਪਾਂ ਨੂੰ ਜਿਹੜੀ ਆਪਾਂ ਸਿਸਟੈਮਿਕ ਇਨਸੈਕਟੀਸਾਈਡ ਵਰਤ ਦਿਆਂਗੇ, ਉਹਨਾਂ ਦਾ ਰਿਜ਼ਲਟ ਆ ਜਿਹੜਾ 2 ਤੋਂ 3 ਦਿਨ ਦੇ ਵਿੱਚ ਸ਼ੁਰੂ ਹੁੰਦਾ ਗਾ, ਹੈ ਨਾ। ਅਤੇ ਉੱਥੇ ਕੀ ਆ, ਆਪਾਂ ਜਿਹੜੇ ਕੰਟੈਕਟ ਸਿੰਥੈਟਿਕ ਪੈਰਥਰਾਇਡ ਨੇ, ਇਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਉਹ ਵੀ ਇੱਕ ਇੱਕ ਆਪਾਂ ਕਹਿ ਦਈਏ ਵੀ ਇੱਕ ਜਿਹੜਾ ਲਿਮਿਟ ਤੋਂ ਅਟੈਕ ਸੀਗਾ ਉਹ ਵੱਧ ਰਿਹਾ ਸੀਗਾ, ਅਤੇ ਹੋ ਸਕਦਾ 2-2.5 ਦਿਨ ਦੇ ਵਿੱਚ ਉਹ ਅਟੈਕ ਹੋਰ ਜ਼ਿਆਦਾ ਨੁਕਸਾਨ ਕਰਦਾ ਫਸਲ ਦਾ। ਪਰ ਇਹ ਸਪਰੇਹਾਂ ਨੂੰ ਘੱਟ ਹੀ ਵਰਤੋ, ਜਿੰਨੀਆਂ ਸਿੰਥੈਟਿਕ ਪੈਰਥਰਾਇਡ ਸਪਰੇਹਾਂ ਨੇ ਆਪਣੇ, ਜਿਨ੍ਹਾਂ ਦੇ ਵਿੱਚ ਆ ਸਾਰੇ ਮੈਂ ਤੁਹਾਨੂੰ ਦੱਸ ਕੇ ਹਟਿਆ, ਸਾਈਪਰਮੈਥਰੀਨ, ਬਾਈਫੈਂਥਰੀਨ, ਡੈਲਟਾ ਮੈਥਰੀਨ, ਲੈਮਡਾ ਹੋ ਗਈ, ਪਰਫੀਨੋਸਾਈਪਰ ਹੋ ਗਈ, ਅਤੇ ਇਹਨਾਂ ਨਾਲ ਕੀ ਹੈਗਾ ਅੱਗੇ, ਕਿਉਂਕਿ ਇਹ ਸਪਰੇਹਾਂ ਜਿਹੜੇ ਬਹੁਤ ਹੀ ਜ਼ਿਆਦਾ ਸਟਰੋਂਗ ਕੈਮੀਕਲ ਹੁੰਦੇ ਆ, ਫਸਲ ਦੇ ਵਿੱਚ ਨੋ ਡਾਊਟ ਹਰ ਇੱਕ ਚੀਜ਼ ਖਤਮ ਕਰ ਦਿੰਦੇ ਆ, ਈਵਨ ਜਿਹੜੇ ਆਪਣੇ ਮਿੱਤਰ ਕੀੜੇ ਆ ਉਹਨਾਂ 'ਚੋਂ ਕੋਈ ਨਹੀਂ ਬਚਦਾ, ਹੈ ਨਾ। ਜਿੱਦਾਂ ਕਿ ਹੁਣ ਤੇਲੇ ਦਾ ਅਟੈਕ ਆਉਣਾ ਆ ਅੱਜ, ਵੀ 21-22 ਅਗਸਤ ਹੋ ਚੁੱਕਿਆ, ਥੋੜ੍ਹਾ ਮੋਟਾ ਆ ਵੀ ਚੁੱਕਿਆ, ਥੋੜ੍ਹਾ ਥੋੜ੍ਹਾ ਤੇਲਾ ਬਲੈਕ ਬਰਾਊਨ ਹੋਪਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਅਤੇ ਉਹਦਾ ਅਟੈਕ ਕਈ ਵਾਰ ਜ਼ਿਆਦਾ ਹੋ ਜਾਂਦਾ ਜੇ ਕਈ ਵਾਰ ਆਪਾਂ ਸਿੰਥੈਟਿਕ ਪੈਰਥਰਾਇਡ ਵਰਤਦੇ ਹਾਂ, ਉਹਦੇ ਨਾਲ ਕੀ ਹੈਗਾ ਉਸ ਟਾਈਮ ਦੇ ਰਿਜ਼ਲਟ ਵਧੀਆ ਦਿੰਦਾ, ਬਟ ਬਾਅਦ 'ਚ ਕੀ ਆ ਜਿਹੜਾ ਇੱਦਾਂ ਦੇ ਅਟੈਕ ਨੇ ਜਿਹੜੇ ਆਪਣੇ ਮੌਸਮ ਨਾਲ ਆਉਣੇ ਹੈਗੇ ਸਮੇਂ ਨਾਲ ਫਸਲ ਦੇ ਵਿੱਚ, ਉਹਨਾਂ ਦਾ ਅਟੈਕ ਜ਼ਿਆਦਾ ਹੋ ਜਾਂਦਾ, ਕਿਉਂਕਿ ਜਿਹੜੇ ਮਿੱਤਰ ਕੀੜੇ ਉਹ ਅਟੈਕ ਨੂੰ ਰੋਕ ਸਕਦੇ ਆ ਜਾਂ ਉਹਨਾਂ ਨੂੰ ਥੋੜ੍ਹਾ ਮੋਟਾ ਕੰਟਰੋਲ ਕਰ ਸਕਦੇ ਹੈਗੇ ਫਸਲ ਦੇ ਵਿੱਚ ਹੁੰਦੇ ਆ, ਉਹ ਆਪਾਂ ਖਤਮ ਕਰ ਦਿੱਤੇ ਹੁੰਦੇ ਆ ਇੰਨੇ ਭਿਆਨਕ ਕੈਮੀਕਲ ਪਾ ਕੇ। ਤਾਂ ਇਹੀ ਆ ਕਿ ਸਪਰੇਹਾਂ ਕੋਈ ਵੀ ਇੱਕੇ ਤਰ੍ਹਾਂ ਦੇ ਦੋ ਦੋ ਤਿੰਨ ਤਿੰਨ ਚਾਰ ਚਾਰ ਸਾਲਟ ਐਡ ਨਾ ਕਰੋ, ਸਿੰਪਲ ਕੋਈ ਵੀ ਜਿਹੜੀ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਆ, ਡੋਜ਼ ਆ ਮਾਰਕੀਟ ਦੇ ਵਿੱਚ ਵਧੀਆ ਆਉਂਦੇ ਆ ਫੰਗੀ ਸਾਈਡ ਤੋਂ ਲੈ ਕੇ, ਹਰ ਇੱਕ ਇਨਫੋਰਮੇਸ਼ਨ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਲੋਕਾਂ ਕੋਲ ਹੈਗੀਆਂ, ਨੋ ਡਾਊਟ ਵਿੱਚ ਗਲਤ ਵੀ ਆ ਰਹੀ ਆ ਸਹੀ ਵੀ ਆ ਰਹੀ ਆ, ਤਾਂ ਉਹਨਾਂ ਤੋਂ ਲੈ ਕੇ
ਆਪਾਂ ਉਹਨਾਂ ਨੂੰ ਐਡ ਕਰਕੇ ਪਾ ਸਕਦੇ ਹਾਂ। ਠੀਕ ਹੈ ਜੀ, ਬਾਕੀ ਹੁਣ ਚੈਸ ਦਾ ਲਗਭਗ ਟਾਈਮ ਆ ਹੀ ਚੁੱਕਿਆ ਹੈਗਾ ਜਿਹਨੂੰ ਆਪਾਂ ਤੇਲੇ ਤੋਂ ਪਾ ਸਕਦੇ ਹਾਂਗੇ। ਹੁਣ ਥੋੜ੍ਹਾ ਮੋਟਾ ਹੁੰਦਾ ਹੈਗਾ, 4-5 ਦਿਨ 'ਚ ਅਸਰ ਕਰਦੀ ਆ ਲੰਬੇ ਅਸਰ ਲਈ। ਜਿਹੜੀਆਂ ਲੰਬੇ ਉਮਰ ਦੀਆਂ ਫਸਲਾਂ ਨੇ 120 ਦਿਨਾਂ 'ਚ ਪੱਕਣਗੀਆਂ, ਉਹਨਾਂ ਦੇ ਵਿੱਚ ਤੇਲੇ ਤੋਂ ਚੈਸ ਹੀ ਮੇਰੇ ਹਿਸਾਬ ਨਾਲ ਬੈਸਟ ਰਹਿੰਦੀ ਆ, ਕਿਉਂਕਿ ਲੌਂਗ ਰਿਜ਼ਲਟ ਕਰਕੇ ਡਿਊਰੇਸ਼ਨ ਕਰਕੇ ਆਪਾਂ ਨੂੰ 2 ਸਪਰੇਹਾਂ ਨਾਲ ਸਰ ਜਾਂਦਾ। ਅਤੇ ਜਿਹੜੀਆਂ ਆਪਣੀਆਂ ਜੀਰੀਆਂ ਘੱਟ ਉਮਰ ਦੀਆਂ ਨੇ, ਹੁਣ ਨਿਸਰੀਆਂ ਪਈਆਂ ਨੇ, ਹੈ ਨਾ, 15-20 ਦਿਨ 'ਚ 25 ਦਿਨ 'ਚ ਵੱਢਣ ਨੂੰ ਤਿਆਰ ਨੇ, ਉਹਨਾਂ ਦੇ ਵਿੱਚ ਹਾਂ ਜੇ ਨੋ ਡਾਊਟ ਕਾਲੇ ਤਿੱਲ ਦਾ ਅਟੈਕ ਆਉਂਦਾ ਤਾਂ ਵਧੀਆ ਸਾਲਟ ਹੀ ਵਰਤਣਾ ਪੈਣਾ। ਪਰ ਉਹ ਇਹ ਆ ਵੀ ਜਿਹੜੀਆਂ ਸਪਰੇਹਾਂ ਫਸਲਾਂ ਨਿਸਰ ਚੁੱਕੀਆਂ ਨੇ ਉਹਦੇ 'ਤੇ ਫਿਰ ਵੀ ਲੋਕ ਹੋਰ ਵੀ ਜਿਨ੍ਹਾਂ ਦੇ 10-15-20 ਦਿਨ ਰਹਿੰਦੇ ਨੇ ਵੱਢਣ ਦੇ, ਉੱਥੇ ਲੋਕ ਜਿੱਦਾਂ ਆਪਣੇ ਆਪਣੇ ਤਜਰਬੇ ਨਾਲ ਇਹਨਾਂ ਦੇ ਸਿੰਥੈਟਿਕ ਸਪਰੇਹਾਂ ਦੇ ਵਿੱਚ DDPP ਵਗੈਰਾ ਪਾ ਕੇ ਕਰੀ ਜਾਂਦੇ ਹੈਗਾ। ਚਲੋ ਉਹਨਾਂ ਦਾ ਇਹ ਆ ਵੀ ਸਭ ਵੱਢਣ ਦੇ ਨੇੜੇ ਹੁੰਦੀ ਹੈ ਜੀਰੀ, ਉਹਦਾ ਕੋਈ ਜ਼ਿਆਦਾ ਨੁਕਸਾਨ ਹੋ ਨਹੀਂ ਰਿਹਾ ਹੁੰਦਾ, ਠੀਕ ਨਹੀਂ। ਬਟ ਜਿਹੜੀਆਂ ਲੰਬੇ ਟਾਈਮ ਦੀਆਂ ਵਰਾਇਟੀਆਂ ਨੇ ਉਹਨਾਂ ਦੇ ਵਿੱਚ ਆਪਾਂ ਇਸ ਟਾਈਮ ਇਹ ਚੈਸ ਬੈਸਟ ਚੈਸ ਲਈ ਇਹ ਬੈਸਟ ਟਾਈਮ ਹੈਗਾ, 70 ਤੋਂ ਜਿਹੜੇ 80 ਦਿਨ 75 ਦਿਨ ਦੇ ਵਿੱਚ ਵਿੱਚ ਹੁੰਦਾ ਹੈਗਾ। ਅਗਲੀ ਸਪਰੇਅ ਦੇ ਵਿੱਚ ਆਪਾਂ ਉਹ ਮੌਸਮ ਦੇ ਹਿਸਾਬ ਨਾਲ, ਅਟੈਕ ਦੇ ਹਿਸਾਬ ਨਾਲ ਡਿਸਾਈਡ ਕਰਾਂਗੇ ਕੀ ਪਾਉਣਾ। ਸੋ ਥੈਂਕ ਯੂ ਜੀ, ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਜ਼ਿਮੀਦਾਰ ਭਰਾਵਾਂ ਤੱਕ ਇਹ ਇਨਫੋਰਮੇਸ਼ਨ ਪਹੁੰਚ ਸਕੇ। ਬਾਕੀ ਮੌਸਮ ਸਾਫ਼ ਆ ਹੁਣ, ਥੋੜ੍ਹਾ ਜਿਹੜਾ ਸ਼ੀਤ ਬਲਾਈਟ ਸੀਗਾ ਉਹ ਇਹ ਇੱਦਾਂ ਦੇ ਮੌਸਮ 'ਚ ਕੰਟਰੋਲ ਰਹਿੰਦਾ, ਮੌਸਮ ਬਿਲਕੁਲ ਸਾਫ਼ ਆ, ਧੁੱਪ ਚੜ੍ਹ ਰਹੀ ਆ ਸਾਫ਼, ਇਹਦੇ ਵਿੱਚ ਕੀ ਆ ਸ਼ੀਤ ਬਲਾਈਟ ਆ ਜਿਹੜਾ ਉਹ ਜ਼ਿਆਦਾ ਨਹੀਂ ਫੈਲਦਾ। ਜਿਹੜੀਆਂ ਜੀਰੀਆਂ ਦੇ ਵਿੱਚ ਹਲੇ ਨਹੀਂ ਆਇਆ ਸੀਗਾ ਉਹਨਾਂ ਦੇ ਵਿੱਚ ਅਜੇ ਸਪਰੇ ਕਰਨ ਦਾ ਕੋਈ ਉਹ ਨਹੀਂ ਹੋਣਾ ਕਿ ਉਹ ਮੌਸਮ ਸਾਫ਼ ਹੋ ਚੁੱਕਿਆ, ਪਰ ਜਿਨ੍ਹਾਂ 'ਚ ਆ ਚੁੱਕਿਆ ਸੀਗਾ ਉਹਨਾਂ 'ਚ ਰੁਕ ਜਾਂਦਾ ਆ, ਬਟ ਜੇ ਸਪਰੇ ਕਰ ਦਈਏ ਤਾਂ ਅੱਗੇ ਬਹੁਤ ਜ਼ਿਆਦਾ ਨਹੀਂ ਵਧਣਾ। ਥੈਂਕ ਯੂ ਜੀ।